ਖਬਰ ਤੇ ਨਜ਼ਰ ਹਾ ਹ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਦਰਸ਼ਨ ਸਿੰਘ ਦਰਸ਼ਕ ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅੱਜ ਬਹੁਤ ਸਾਰੀਆਂ ਖਬਰਾਂ ਨੇ ਜੋ ਨੈਸ਼ਨਲ ਵੀ ਨੇ ਸਥਾਨਕ ਵੀ ਨੇ ਤੇ ਇੰਟਰਨੈਸ਼ਨਲ ਵੀ ਨੇ ਜਦੋਂ ਪੰਜਾਬ ਦੀ ਗੱਲ ਪੁਰਤੀ ਹੈ ਤਾਂ ਪੰਜਾਬ ਦੇ ਮੀਡੀਆ ਇਸ ਸਮੇਂ ਉਹ ਭਾਰਤ ਤੇ ਕੈਨੇਡਾ ਦੇ ਜੋ ਸਬੰਧ ਵਿਗੜੇ ਨੇ ਉਸ ਦੇ ਉੱਤੇ ਕੇਂਦ੍ਰਿਤ ਹੈ ਅੱਜ ਦੀਆਂ ਜੋ ਅਖਬਾਰਾਂ ਨੇ ਜਟਪੀ ਹੈ ਉਸ ਦੇ ਉੱਤੇ ਵੀ ਇਹਨਾਂ ਖਬਰਾਂ ਨੂੰ ਦੇਖਿਆ ਜਾ ਸਕਦਾ ਹੈ ਤੇ ਲੋਕ ਵੀ ਇਹਨਾਂ ਖਬਰਾਂ ਨੂੰ ਬਹੁਤ ਹੀ ਤਿੱਬਰਤਾ ਨਾਲ ਦੇਖਦੇ ਨੇ ਉਹਦਾ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨੌਜਵਾਨ ਇਸ ਸਮੇਂ ਇਹ ਸੁਪਨਾ ਲੈ ਕੇ ਚੱਲਦੇ ਹੈ ਕਿ ਅਸੀਂ ਕੈਨੇਡਾ ਦੇ ਵਿੱਚ ਜਾਣਾ ਹੈ ਪੜ੍ਹਨਾ ਹੈ ਤੇ ਉੱਥੇ ਦੀ ਪੀਆਰ ਹਾਸਲ ਕਰਨੀ ਹੈ ਤੇ ਇਸ ਗੱਲ ਕਰਕੇ ਜਿਹੜੇ ਵਿਦੇਸ਼ਾਂ ਵਿੱਚ ਜਾਂ ਕੈਨੇਡਾ ਵਿੱਚ ਰਹਿ ਰਹੇ ਨੇ ਨੌਜਵਾਨ ਵੀ ਰਹਿ ਰਹੇ ਨੇ ਜਾਂ ਪੰਜਾਬ ਦੇ ਵਾਸੀ ਰਹੇ ਨੇ ਭਾਰਤ ਵਾਸੀ ਰਹੇ ਨੇ ਉਹ ਵੀ ਇਸ ਸਮੇਂ ਕਾਫੀ ਚਿੰਤਤ ਨਜ਼ਰ ਆ ਰਹੇ ਨੇ ਤੇ ਜਿਹੜੇ ਪੰਜਾਬ ਦੇ ਵਿੱਚ ਨੇ ਉਹ ਮਾਪੇ ਵੀ ਕਾਫੀ ਚਿੰਤਤ ਨਜ਼ਰ ਆ ਰਹੇ ਨੇ ਤੇ ਬੱਚੇ ਵੀ ਕਾਫੀ ਜ਼ਿਆਦਾ ਜਿਹੜੇ ਚਿੰਤਨ ਨੇ ਉਹਦਾ ਕਾਰਨ ਇਹੀ ਹੈ ਕਿ ਇਸ ਸਮੇਂ ਇਹ ਜਿਹੜਾ ਤਣਾਅ ਹੈ ਲਗਾਤਾਰ ਵੱਧਦਾ ਜਾ ਰਿਹਾ ਤੇ ਇਸ ਦੇ ਵਿੱਚ ਕبھی ਨਜ਼ਰ ਨਹੀਂ ਆ ਰਹੀਗੀ ਭਾਰਤ ਸਰਕਾਰ ਵੱਲੋਂ ਜਿੱਥੇ ਕੈਨੇਡਾ ਖਿਲਾਫ ਕਾਰਵਾਈਆਂ ਕੀਤੀ ਜਾ ਰਹੀਆਂ ਨੇ ਉੱਥੇ ਭਾਰਤ ਦੇ ਵਿੱਚ ਵੀ ਉਸ ਵੱਲੋਂ ਕਾਰਵਾਈਆਂ ਕਿਤੀ ਜਾ ਰਹੇ ਨੇ ਉਹਨਾਂ ਲੋਕਾਂ ਖਿਲਾਫ ਜਿਹੜੇ ਭਾਰਤ ਦੇ ਖਿਲਾਫ ਚੱਲਦੇ ਨੇ ਤੇ ਕੈਨੇਡਾ ਅਮਰੀਕਾ ਯੂਕੇ ਆਸਟ੍ਰੇਲੀਆ ਜਾਂ ਵਿਦੇਸ਼ਾਂ ਦੇ ਵਿੱਚ ਬਹਿ ਕੇ ਖਾਲਸਤਾਨੀ ਕਾਰਵਾਈਆਂ ਕਰ ਰਹੇ ਨੇ ਅੱਜ ਦੀਆਂ ਖਬਰਾਂ ਦੇ ਵਿੱਚ ਇੱਕ ਪ੍ਰਮੁੱਖ ਖਬਰ ਇਹ ਹੈ ਕਿ ਇਨ 19 ਲੋਕਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ ਜਿਹੜੇ ਵਿਦੇਸ਼ਾਂ ਦੇ ਵਿੱਚ ਖਾਲਸਤਾਨੀ ਕਾਰਵਾਈਆਂ ਕਰ ਰਹੇ ਨੇ ਜਾਂ ਖਾਲਸਤਾਨੀ ਸਰਗਰਮੀਆਂ ਚਲਾ ਰਹੇ ਨੇ ਤੇ ਸਰਕਾਰ ਵੱਲੋਂ ਇਸ ਸਬੰਧ ਵਿੱਚ ওসিਆਈ ਕਾਰਡ ਉਹ ਇਹਨਾਂ ਲੋਕਾਂ ਦਾ ਰੱਦ ਕਰਨ ਦਾ ਜਿਹੜਾ ਹੈਗਾ ਜਿਹੜਾ ਮਨ ਬਣਾ ਲਿਆ ਜਿਹੜਾ ਇਹ ਕਾਰਡ ਹੈ ওসিਓਸੀਆਈ ਇਹ 2005 ਦੇ ਵਿੱਚ ਸ਼ੁਰੂ ਕੀਤਾ ਸੀਗਾ ਤੇ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਸੀਗਾ ਕਿ ਜਿਹੜੇ ਵਿਦੇਸ਼ਾਂ ਵਿੱਚ ਵੱਸ ਕੇ ਨੇ ਤੇ ਭਾਰਤ ਦੇ ਵਿੱਚ ਵੀ ਉਹਨਾਂ ਦੀ ਦਿਲਚਸਪੀ ਹੈ ਤੇ 26 ਜਨਵਰੀ 1950 ਤੋਂ ਬਾਅਦ ਜਿਹੜੇ ਗਏ ਭਾਰਤ ਵਿੱਚ ਜੰਮੇ ਸੀਗੇ ਤੇ ਹੁਣ ਉਹਨਾਂ ਨੂੰ ਜਿਹੜੀ ਇਹ ਦੂਰੀ ਨਾਗਰਿਕਤਾ ਜਾਂ ਭਾਰਤ ਵੱਲੋਂ ਸਹੂਲਤਾ ਦਿੱਤੀ ਜਾ ਰਹੀ ਸੀਗਾ ਉਹ ਸਹੂਲਤਾ ਵੀ ਬੰਦ ਕੀਤੀਆਂ ਜਾ ਰਹੀਆਂ ਨੇ ਤੇ ਇਸ ਦੇ ਨਾਲ ਨਾਲ ਤੁਹਾਨੂੰ ਪਤਾ ਹੀ ਹੈ ਗੁਰਪਤ ਪੰਥ ਸਿੰਘ ਪੰਨੂ ਦੀ ਜਿਹੜੀ ਜਾਇਦਾਦ ਸੀਗੀ ਉਹ ਵੀ ਇਸ ਸਮੇਂ ਅਟੈਚ ਕਰ ਲਈਤੀ ਗਈ ਹੈ ਹੋਰ ਵੀ ਜਿਹੜੇ ਖਾਲਸਤਾਨੀ ਨੇ ਉਹਨਾਂ ਦੀ ਜਾਇਦਾਦਾਂ ਵੀ ਦੇਖੀ ਜਾ ਰਹੀਆਂ ਨੇ ਇਸ ਸਬੰਧ ਵਿੱਚ ਜਿਹੜਾ ਅਸਰ ਹੈ ਉਹ ਕਾਫੀ ਜਿਹੜਾ ਹੈਗਾ ਕਿਸ ਤਰੀਕੇ ਦਾ ਪੈ ਰਿਹਾ ਉਸ ਦੀਆਂ ਜਿਹੜੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਉਹਦੇ ਵਿੱਚ ਇੱਕ ਜਿਹੜੇ ਰਿਪੋਰਟ ਇਹ ਆ ਰਹੀ ਹੈ ਕਿ ਜੋ ਪ੍ਰਭਾਵਿਤ ਨੇ ਲੋਕ ਉਹ ਖਾਸ ਤੌਰ ਤੇ ਬ੍ਰਿਟਿਸ਼ ਕੋਲੰਪੀਆ ਤੇ অন্ਟਾਰੀਓ ਦੇ ਵਿੱਚ ਨਹੀਂ ਉਹਦੇ ਵਿੱਚ ਕਾਰਨ ਇਹ ਹੀ ਹੈ ਕਿ ਪੰਜਾਬੀ ਉੱਥੇ ਜਿਆਦਾ ਵਸਦੇ ਨੇ ਉਹਨਾਂ ਨੂੰ ਹੀ ਇਸ ਗੱਲ ਦੀ ਕਾਫੀ ਚਿੰਤਾ ਨਜ਼ਰ ਆ ਰਹੀ ਹੈ ਇਸ ਤੋਂ ਇਲਾਵਾ ਜਿਹੜੀਆਂ ਸਰਗਰਮੀਆਂ ਚੱਲ ਰਹੀਆਂ ਨੇ ਉਹਨਾਂ ਵਿੱਚ ਅਮਰੀਕਾ ਹੁਣ ਤੱਕ ਕੈਨੇਡਾ ਨੇ ਇਹ ਦਾਵਾ ਕੀਤਾ ਸੀਗਾ ਕਿ ਉਹਨਾਂ ਨੂੰ ਉਹਨਾਂ ਨੇ ਜਿਹੜੇ ਭਾਰਤੀ ਰਾਜਦੂਤ ਉੱਥੇ ਹੈਗੇ ਉਹਨਾਂ ਦੇ ਫੋਨ ਟਾਈਪ ਕੀਤੇ ਸੀਗੇ ਇਸ ਗੱਲ ਕਰਕੇ ਨਿੱਜਤਾ ਦੀ ਹੱਤਿਆ ਦੇ ਸਬੰਧ ਵਿੱਚ ਪਤਾ ਲੱਗਿਆ ਸੀ ਹੈ ਕਿ ਭਾਰਤੀ ਏਜੰਟਾਂ ਨੇ ਹੀ ਹੱਤਿਆ ਕਰਾਈ ਹੈ ਪਰ ਹੁਣ ਜਿਹੜਾ ਅਮਰੀਕਾ ਦਾ ਇੱਕ ਅਖਬਾਰ ਹੈ ਬਹੁਤ ਨਿਊਯਾਰਕ ਟਾਈਮਸ ਉਸਨੇ ਇਹ ਰਿਪੋਰਟ ਦਿੱਤੀ ਹੈ ਕਿ ਅਸਲ ਦੇ ਵਿੱਚ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਨੇ ਹੀ ਕੈਨੇਡਾ ਨੂੰ ਇਹ ਇਨਪੁਟ ਦਿੱਤੀ ਸੀ ਕਿ ਨਿਜਰ ਦੀ ਹੱਤਿਆ ਦੇ ਵਿੱਚ ਭਾਰਤੀ ਏਜੰਟਾਂ ਦਾ ਹੱਥ ਹੈ ਤੇ ਇਸ ਸਭ ਨੂੰ ਲੈ ਕੇ ਹੀ ਹੁਣ ਕਾਫੀ ਜ਼ਿਆਦਾ ਆਪਸੀ ਜਿਹੜਾ ਤਣਾਅ ਕੈਨੇਡਾ ਦੇ ਜਿਹੜਾ ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਚੱਲੇ ਆ ਰਹੇ ਸੀਗੇ ਉਹਦੇ ਨਾਲ ਨਾਲ ਹੁਣ ਭਾਰਤ ਨੂੰ ਅਮਰੀਕਾ ਉੱਤੇ ਵੀ ਸ਼ੱਕ ਹੋਣ ਲੱਗ ਗਿਆ ਹੈ ਕਿ ਉਹ ਵੀ ਭਾਰਤ ਦੇ ਖਿਲਾਫ ਚੱਲ ਰਿਹਾ ਹੈ ਤੇ ਇਹ ਸਬੰਧ ਵਿੱਚ ਜਿਹੜਾ ਹੈਗਾ ਕੈਨੇਡਾ ਨੇ ਇੱਕ ਕਾਰਵਾਈ ਤਾਂ ਜਿਹੜੀ ਕੀਤੀ ਕੀਤੀ ਆ ਪਰ ਨਾਲ ਨਾਲ ਇਹ ਵੀ ਹੈ ਕਿ ਉੱਥੇ ਜਿਹੜੇ ਇਤਰਾਜ਼ਯੋਗ ਬੋਰਡ ਲੱਗੇ ਹੋਏ ਨੇ ਬੈਨਰ ਲੱਗੇ ਹੋਏ ਨੇ ਉਹਨਾਂ ਨੂੰ ਵੀ ਉਤਰਾ ਉਤਾਰਨਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਦੇਤੇ ਖਾਸੌਰਤੇ ਭਾਰਤੀ ਡਿਪਲੋਮੇਟਾਂ ਨੂੰ ਧਮਕੀਆਂ ਦਿੱਤੀਆਂ ਹੋਈਆਂ ਸੀਗੀਆਂ ਇਸ ਸਬੰਧ ਵਿੱਚ ਅਸਰੀ ਦੇ ਵਿੱਚ ਜਿਹੜੇ ਬੈਨਰ ਜਾਂ ਬੋਰਡ ਲੱਗੇ ਹੋਏ ਸੀਗੇ ਉਹਨਾਂ ਨੂੰ ਪਤਾਰ ਦਿੱਤਾ ਗਿਆ ਤੇ ਇਹਦੇ ਨਾਲ ਨਾਲ ਖਾਸੌਰਤੇ ਜਿਹੜਾ ਹੁਣ ਇੱਕ ਟਰੂਡੋ ਦੀ ਪਾਰਟੀ ਦਾ ਇੱਕ ਲੀਡਰ ਹੈ ਮੈਂਬਰ ਪਾਰਲੀਮੈਂਟਾ ਉਹਦਾ ਨਾਮ ਚੰਦਰ ਆਰਿਆ ਉਹਨੇ ਇਹ ਗੱਲ ਕਹੀ ਹੈ ਕਿ ਜਿਹੜੇ ਕੈਨੇਡਾ ਚ ਵਸਦੇ ਹਿੰਦੂ ਨੇ ਉਹ ਕਾਫੀ ਦਰ ਦੇ ਵਿੱਚ ਨੇ ਉਹਨਾਂ ਨੂੰ ਖਤਰਾ ਹੈ ਕਿ ਖਾਲਸਤਾਨੀ ਸੂਚ ਵਾਲੇ ਉਹਨਾਂ ਦੇਤੇ ਹਮਲਾ ਕਰ ਸਕਦੇ ਨੇ ਤੁਹਾਨੂੰ ਯਾਦ ਹੋਊਗਾ ਕਿ ਪਤਵੰਤ ਗੁਰਪਤਵੰਤ ਪੰਨੂ ਨੇ ਇੱਕ ਵੀਡੀਓ ਜਾਰੀ ਕੀਤੀ ਸੀ ਜਿਦੇ ਵਿੱਚ ਇਹ ਗੱਲ ਕਹੀ ਸੀ ਕਿ ਜਿਹੜੇ ਕੈਨੇਡਾ ਵਿੱਚ ਹਿੰਦੂ ਵਸਦੇ ਨੇ ਉਹਨਾਂ ਨੂੰ ਕੈਨੇਡਾ ਛੱਡ ਦੇਣਾ ਚਾਹੀਦਾ ਹੈ ਤੇ ਇਸ ਗੱਲ ਕਰਕੇ ਉੱਥੇ ਕਾਫੀ ਜ਼ਿਆਦਾ ਸੇਮ ਜਿਹੜਾ ਹੈ ਹਿੰਦੂ ਭਾਈਚਾਰੇ ਦੇ ਵਿੱਚ ਪਾਇਆ ਜਾ ਰਿਹਾ ਹੈ ਪਰ ਇਸ ਸਬੰਧ ਵਿੱਚ ਹੁਣ ਇਹ ਵੀ ਆਸਪਰਕਟ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਚੜ੍ਹਦੀ ਕਲਾ ਨੇ ਚਰਚਾ ਪ੍ਰੋਗਰਾਮ ਤੇ ਵਿੱਚ ਜਿਹੜੇ ਇਮੀਗ੍ਰੇਸ਼ਨ ਦੇ ਮਾਹਰ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਜਿਹੜੇ ਸਰੀ ਦੇ ਵਿੱਚ ਸੀਗੇ ਜਾਂ ਆਪਣਾ ਟ੍ਰਾਂਟੋ ਦੇ ਵਿੱਚ ਸੀਗੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅੱਗੇ ਵੀ ਕਈ ਮੂਲਕਾਂ ਦੇ ਨਾਲ ਕੈਨੇਡਾ ਦੇ ਸਬੰਧ ਵਿਗੜੇ ਨੇ ਪਰ ਹੌਲੀ ਹੌਲੀ ਉਹ ਲਾਈਨ ਤੇ ਆ ਜਾਂਦੇ ਆ ਤੇ ਆਸ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਬੰਧ ਆਮ ਵਰਗੇ ਹੋ ਜਾਣਗੇ ਪਰ ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਇਸ ਸਮੇਂ ਇਹ ਦੋਨੇ ਮੁਲਕਾਂ ਦੇ ਜਿਹੜੇ ਆਪਸੀ ਸਬੰਧ ਖਰਾਬ ਹੋਏ ਨੇ ਉਸ ਨੂੰ ਦੇਖਦੇ ਹੋਏ ਕਈ ਕਾਰੋਬਾਰ ਪ੍ਰਭਾਵਿਤ ਹੋ ਰਹੇ ਨੇ ਉਹਦੇ ਵਿੱਚ ਖਾਸ ਤੌਰ ਤੇ ਜੋ ਕੈਨੇਡਾ ਦੇ ਵਿੱਚ ਪੀਆਰ ਹੋ ਚੁੱਕੇ ਨੇ ਜਾਂ ਉਥੇ ਰਹਿ ਰਹੇ ਨੇ ਉਹ ਅਕਸਰ ਵਿਆਹ ਸ਼ਾਦੀ ਪੰਜਾਬ ਦੇ ਵਿੱਚ ਆ ਕੇ ਕਰਦੇ ਨੇ ਇੱਥੇ ਦੇ ਜਿਹੜੇ ਰੈਸਟੋਰੈਂਟ ਨੇ ਵੱਡੇ ਹੋਟਲ ਨੇ ਇਸ ਤੋਂ ਉਲਾਇਆ ਜਿਹੜੇ ਮੈਰਿਜ ਪੈਲੇਸ ਨੇ ਉਹਨਾਂ ਦੇ ਪਹਿਲਾਂ ਹੀ ਉਹ ਕਈ ਕਈ ਸਾਲ-ਸਾਲ ਪਹਿਲਾਂ ਉਹ ਬੁੱਕ ਕਰਾ ਲੈਂਦੇ ਨੇ ਤੇ ਇੱਕ ਹੁਣ ਰਿਪੋਰਟ ਅਸਰ ਆ ਰਹੀ ਹੈ ਕਿ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਰੱਦ ਕੀਤੇ ਜਾ ਰਹੇ ਨੇ ਜਿਹੜੇ ਕਿ ਪਹਿਲਾਂ ਹੀ ਨਿਰਧਾਰਤ ਸੀਗੇ ਇਹ ਸਿਰਫ ਇਹ ਰੈਸਟੋਰੈਂਟ ਵਗੈਰਾ ਨਹੀਂ ਇਸ ਦੇ ਨਾਲ ਨਾਲ ਜਿਹੜਾ ਟਰਾਂਸਪੋਰਟ ਦਾ ਕਾਰੋਬਾਰ ਉਹ ਵੀ ਪ੍ਰਭਾਵਿਤ ਹੁੰਦਾ ਹੈ ਜਿਹੜਾ ਵੀ ਐਨਆਰਆਈ ਆਉਂਦਾ ਹੈ ਤਾਂ ਉਹ ਮਹੀਨੇ-ਮਹੀਨੇ ਦੋ-ਦੋ ਮਹੀਨੇ ਜਿਹੜਾ ਹੈ ਗੱਡੀਆਂ ਨੂੰ ਬੁੱਕ ਕਰਾ ਲੈਂਦੇ ਨੇ ਤੇ ਉਹ ਗੱਡੀਆਂ ਉਹਨਾਂ ਐਨਆਰਆਈਸ ਦੇ ਨਾਲ ਹੀ ਚਲਦੀਆਂ ਰਹਿੰਦੀਆਂ ਨੇ ਤੇ ਉਹ ਗੱਡੀਆਂ ਦੇ ਆਰਡਰ ਵੀ ਬੁੱਕ ਹੋ ਚੁੱਕੇ ਜਿਹੜੇ ਹੈਗੇ ਰੱਦ ਹੋ ਚੁੱਕੇ ਨੇ ਇਸ ਗੱਲ ਕਰਕੇ ਕਾਫੀ ਜ਼ਿਆਦਾ ਇਸ ਦੇ ਨਾਲ ਜਿਹੜਾ ਪੰਜਾਬ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਤੇ ਇਸ ਸਭ ਨੂੰ ਲੈ ਕੇ ਪਰ ਇਹ ਹੈ ਕਿ ਇਸ ਇੱਕ ਰਿਪੋਰਟ ਇਹ ਵੀ ਹੈ ਕਿ ਜਿਹੜਾ ਹੈਗਾ ਕੈਨੇਡਾ ਸਰਕਾਰ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਕੋਈ ਸਖਤ ਫੈਸਲਾ ਲੈਣ ਵਾਲੀ ਨਹੀਂ ਹੈ ਉਹਦਾ ਕਾਰਨ ਇਹੀ ਹੈ ਕਿ ਕੈਨੇਡਾ ਦੀ ਅਰਥ ਵਿਵਸਾ ਨੂੰ ਇਮੀਗ੍ਰੇਸ਼ਨ ਦੇ ਕਾਰਨ ਕਾਫੀ ਲਾਭ ਹੁੰਦਾ ਤੇ ਪੰਜਾਬ ਦੇ ਤੂੰ ਲਗਭਗ 2 ਲੱਖ ਵਿਦਿਆਰਥੀ ਕੈਨੇਡਾ ਵਿੱਚ ਪੜਨ ਜਾ ਚੁੱਕੇ ਨੇ ਤੇ ਹਰ ਸਾਲ ਤਕਰੀਬਨ 60 ਤੋਂ 70 ਹਜ਼ਾਰ ਸਟੂਡੈਂਟ ਜਿਹੜਾ ਹੈਗਾ ਕੈਨੇਡਾ ਵਿੱਚ ਪੜਨ ਵਾਸਤੇ ਜਾਂਦਾ ਤੇ ਤਕਰੀਬਨ 20 ਤੋਂ 25 ਲੱਖ ਰੁਪਿਆ ਉਸ ਨੂੰ ਖਰਚ ਕਰਨਾ ਪੈਂਦਾ ਉਸ ਦਾ ਕੈਨੇਡਾ ਨੂੰ ਕਾਫੀ ਜ਼ਿਆਦਾ ਲਾਭ ਹੁੰਦਾ ਤੇ ਇਸ ਗੱਲ ਕਰਕੇ ਇਹ ਕੋਈ ਜਿਹੜਾ ਭਾਰਤ ਨੇ ਭਾਵੇਂ ਇਹ ਹਾਲ ਦੀ ਘੜੀ ਖਾਸ ਤੌਰ ਤੇ ਵੀਜ਼ੇ ਦੇਣੇ ਕੈਨੇਡਾ ਵਾਸੀਆਂ ਨੂੰ ਬੰਦ ਕਰ ਦਿੱਤੇ ਨੇ ਪਰ ਇਹ ਹੈ ਕਿ ਕੈਨੇਡਾ ਵੱਲੋਂ ਇਹ ਜਿਹੇ ਹਕੂਕਤ ਸਖਤ ਕਰ ਨਹੀਂ ਚੁੱਕਿਆ ਰਿਹਾ ਜਿਸ ਦੇ ਨਾਲ ਸਟੂਡੈਂਟ ਪ੍ਰਭਾਵਿਤ ਹੁੰਦੇ ਹੋਣ ਪਰ ਫਿਰ ਵੀ ਕਾਫੀ ਜ਼ਿਆਦਾ ਸਟੂਡੈਂਟ ਦੇ ਵਿੱਚ ਚਿੰਤਾ ਪਾਈ ਜਾ ਰਹੀ ਹੈ ਤੇ ਪਰ ਆਸ ਕਰਨੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਬੰਧ ਵਧੀਆ ਹੋ ਜਾਣਗੇ ਦੁਬਾਰਾ ਫਿਰ ਇੱਕ ਵਾਰੀ ਲਾਈਨ ਤੇ ਆ ਜਾਣਗੇ ਪਰ ਹਾਲ ਹੀਿਕੜੀ ਕਾਫੀ ਜਿਹੜਾ ਤਣਾਅ ਬਣਿਆ ਹੋਇਆ ਹੈ ਤੇ ਇਸ ਗੱਲ ਦੇ ਕਾਰਨ ਪੂਰਬ ਤੇ ਪੱਛਮ ਦੇ ਵਿੱਚ ਇੱਕ ਨਵੀਂ ਟਕਰਾਅ ਬਣ ਚੁੱਕਾ ਹੈ ਕਿਉਂਕਿ ਖਾਸ ਤੌਰ ਤੇ ਜਿਹੜੇ ਪੱਛਮੀ ਮੁਲਕ ਨੇ ਉਹਨਾਂ ਵਿੱਚ ਅ ਅਮਰੀਕਾ, ਕੈਨੇਡਾ, ਯੂਕੇ ਇਹ ਜਿਹੇ ਮੁਲਕ ਇਕੱਠੇ ਹੁੰਦੇ ਆ ਤੇ ਉਹ ਸਾਰੇ ਹੀ ਇੱਕ ਮਸਲੇ ਦੇਤੇ ਇੱਕ ਜੁਟ ਹੋ ਜਾਂਦੇ ਆ ਤੇ ਦੂਜੇ ਪਾਸੇ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਨਾਲ ਹੁਣ ਅਮਰੀਕਾ ਤੇ ਸੌਰੀ ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਚੱਲ ਰਿਹਾ ਉਹਦੇ ਵਿੱਚ ਦੁਸ਼ਮਣ ਦੇ ਦੁਸ਼ਮਣ ਮੁਲਕੇ ਇਸ ਸਮੇਂ ਇੱਕ ਦੂਜੇ ਦੇ ਨਾਲ ਲੱਗਦੇ ਨਜ਼ਰ ਆ ਰਹੇ ਆ ਪਿਛਲੇ ਦਿਨੀ ਚੀਨ ਨੇ ਭਾਰਤ ਦੇ ਹੱਕ ਦੇ ਵਿੱਚ ਹਾਧਾ ਨਾਰਾ ਮਾਰਿਆ ਪਰ ਦੂਜੀ ਪਾਸੇ ਪਾਕਿਸਤਾਨ ਇਸ ਸਮੇਂ ਕੈਨੇਡਾ ਦੇ ਨਾਲ ਖੜਿਆ ਨਜ਼ਰ ਆ ਰਿਹਾ ਉਹ ਇਸ ਜਿਵੇਂ ਕਮੰਤਰੀ ਤੇ ਪੰਜਾਬ ਨਾਲ ਤੇ ਭਾਰਤ ਨਾਲ ਸੰਬੰਧਤ ਕੈਨੇਡਾ ਨਾਲ ਸੰਬੰਧਤ ਖਬਰ ਤੋਂ ਬਾਅਦ ਅਗਲੀ ਖਬਰ ਆਪਾਂ ਲੈਨੇ ਆ ਪੰਜਾਬ ਦੀ ਪੰਜਾਬ ਜਿਸ ਨੂੰ ਇੱਕ ਸਮੇਂ ਖਿੜਿਆ ਫੁੱਲ ਗਲਾਬ ਦਾ ਕਿਹਾ ਜਾਂਦਾ ਸੀਗਾ ਪਰ ਹੁਣ ਇਸ ਸਮੇਂ ਕਰਜ਼ੇ ਦੇ ਦਲਦਲ ਦੇ ਵਿੱਚ ਫਸਦਾ ਜਾ ਰਿਹਾ ਹੈ ਇਸ ਸੰਬੰਧ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ لال ਪ੍ਰਹੁਤ ਦੇ ਵਿਚਾਰੇ ਅਕਸਰ ਹੀ ਟਕਰਾਅ ਚਲਦਾਰ ਆਉਂਦਾ ਰਹਿੰਦਾ ਹੈ ਇਸ ਵੰਦ ਵਿੱਚ ਖਾਸ ਤੌਰ ਤੇ ਬਨਵਾਰੀ لال ਪ੍ਰਹੁਤ ਇਹ ਗੱਲ ਕਹਿੰਦੇ ਆ ਕਿ ਜੋ ਜੋ ਜਾਣਕਾਰੀ ਮੈਨੂੰ ਚਾਹੀਦੀ ਹੈ ਪੰਜਾਬ ਸਰਕਾਰ ਉਹ ਜਾਣਕਾਰੀ ਨਹੀਂ ਦਿੰਦੀ ਹੈਗੀ ਤੇ ਉਹ ਉਹਨਾਂ ਨੇ ਬਹੁਤ ਸਾਰੀਆਂ ਕਹਿੰਦੇ ਆ ਵੀ ਚਿੱਠੀਆਂ ਲਿਖੀਆਂ ਪਰ ਸਰਕਾਰ ਨੇ ਉਹਨਾਂ ਦਾ ਜਵਾਬ ਨਹੀਂ ਦਿੱਤਾ ਦੂਜੇ ਪਾਸੇ ਭਗਵੰਤ ਮਾਨ ਇਹ ਕਹਿੰਦੇ ਆ ਕਿ ਸਾਡੀ ਜਿਹੜੀ ਲੋਕਾਂ ਦੀ ਚੁਣੀ ਹੋਈ ਸਰਕਾਰ ਅਸੀਂ ਰਾਜਪਾਲ ਦੇ ਜਵਾਬਦੇਹ ਨਹੀਂ ਹਾਂ ਪਰ ਇਸ ਦੇ ਨਾਲ ਇਹ ਮਸਲਾ ਕਈ ਵਾਰ ਸੁਪਰੀਮ ਕੋਰਟ ਦੇ ਵਿੱਚ ਵੀ ਚੱਲਿਆ ਗਿਆ ਹੈ ਇਸ ਸਬੰਧ ਵਿੱਚ ਜਿਹੜਾ ਹੈਗਾ ਹੁਣ ਇੱਕ ਹੋਰ ਪੱਤਰ ਜਿਹੜਾ ਹੈਗਾ ਬਨਵਾਰੀ لال ਪ੍ਰੋਹੁਤ ਉਹਨਾਂ ਨੇ ਮੁੱਖ ਮੰਤਰੀ ਨੂੰ ਲਿਖਿਆ ਉਹਦੇ ਵਿੱਚ ਇਹ ਗੱਲ ਪੁੱਛੀ ਹੈ ਕਿ ਜਿਹੜਾ 50000 ਕਰੋੜ ਰੁਪਏ ਦਾ ਹੁਣ ਕਰਜ਼ਾ ਲਈ ਦਿੱਤਾ ਹੈ ਕਿਉਂ ਲਿਆ ਗਿਆ ਹੈ ਦੂਜੇ ਪਾਸੇ ਸਰਕਾਰ ਵੱਲੋਂ ਖਾਸ ਤੌਰ ਤੇ ਹਰਪਾਲ ਸਿੰਘ ਜੀ ਮਾਨ ਨੇ ਵੀ ਇਸ ਗੱਲ ਦਾ ਖੁਲਾਸਾ ਕੀਤਾ ਜਾਂ ਆਪਾਂ کیسے ਆਪਣਾ ਸਪਸ਼ਟੀਕਰਨ ਦਿੰਦਾ ਹੈ ਕਿ ਅਸਲ ਦੇ ਵਿੱਚ ਸਾਨੂੰ ਵਿਰਸੇ ਦੇ ਵਿੱਚ ਬਹੁਤ ਜ਼ਿਆਦਾ ਕਰਜ਼ਾ ਮਿਲਿਆ ਇਸ ਗੱਲ ਕਰਕੇ ਸਾਨੂੰ ਇਹ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈਣਾ ਪਿਆ ਤੇ ਇਹ ਸਬੰਧ ਵਿੱਚ ਜੇਕਰ ਅਸੀਂ ਇਹ ਇਸ ਸਿੱਟੇ ਦੇ ਉੱਤੇ ਪਹੁੰਚਦੇ ਆ ਕਿ ਇਹ ਕਰਜ਼ੇ ਜਿਹੜਾ ਹੈਗਾ ਕਰਜ਼ੇ ਉਤਾਰਨ ਵਾਸਤੇ ਲਏ ਜਾ ਰਹੇ ਨੇ ਫਿਰ ਪੰਜਾਬ ਦੇ ਵਿਕਾਸ ਵਾਸਤੇ ਕੀ ਬਚੂਗਾ ਪਰ ਆਮ ਆਦਮੀ ਪਾਰਟੀ ਦੇ ਜਿਹੜੇ ਬੁਲਾਰੇ ਨੇ ਜਾਂ ਲੀਡਰ ਨੇ ਇਹ ਕਹਿੰਦੇ ਆ ਕਿ ਅਸੀਂ ਵਿਕਾਸ ਦੇ ਕੰਮ ਨਹੀਂ ਰੁਕਣਦੇ ਰਹੇ ਅਸੀਂ ਰੋਜ਼ਗਾਰ ਵੀ ਦੇ ਰਹੇ ਹਾਂ ਵਿਕਾਸ ਦੇ ਕੰਮ ਵੀ ਕਰ ਰਹੇ ਹਾਂ ਤੇ ਇਸ ਸੰਬੰਧ ਵਿੱਚ ਉਹਨਾਂ ਨੇ ਕਾਫੀ ਖੁਸ਼ੀਅਤ ਕਿਹਾ ਹੈ ਕਿ ਅਸੀਂ ਪੂਰੀ ਪਾਰਦਰਸ਼ਤਾ ਤੋਂ ਕੰਮ ਲੈ ਰਹੇ ਹਾਂ ਜੇਕਰ ਅਸੀਂ ਇਸ ਕਰਜ਼ੇ ਦੀ ਗੱਲ ਕਰਦੇ ਹਾਂ ਤਾਂ ਜਿਹੜੀ ਵਿਰੋਧ ਧਿਰ ਹੈ ਇਸ ਸਮੇਂ ਜਿਹੜੀ ਸਰਕਾਰ ਉਸ ਦੇ ਉੱਤੇ ਤੰਜ ਵੀ ਕਸ ਰਹੀ ਹੈ ਆਲੋਚਨਾ ਵੀ ਕਰ ਰਹੀ ਹੈ ਤੇ ਸਰਕਾਰ ਨੂੰ ਸਵਾਲ ਵੀ ਕਰ ਰਹੀ ਹੈ ਤੇ ਇਸ ਸੰਬੰਧ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਸੁਨੀਲ ਜਾਖੜ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਹਰ ਰੋਜ਼ 100 ਕਰੋੜ ਰੁਪਏ ਦਾ ਕਰਜ਼ਾ ਲਿਆ ਜਾ ਰਿਹਾ ਹੈ ਤੇ ਇਸ ਹਿਸਾਬ ਨਾਲ ਜਦੋਂ 5 ਸਾਲ ਪੂਰੇ ਹੋਣਗੇ ਪੰਜਾਬ ਦੇ ਸਿਰ ਉੱਤੇ ਕਿੰਨਾ ਕਰਜ਼ਾ ਹੋਗਾ ਇਹ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਇਹਦੇ ਨਾਲ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੀ ਇਹੀ ਗੱਲ ਕਹੀ ਹੈ ਕਿ ਤੁਸੀਂ ਇੰਨਾ ਕਰਜ਼ਾ ਤਾਂ ਲੈ ਲਿਆ ਪਰ ਜਿਹੜੇ 14 ਵਾਅਦੇ ਕੀਤੇ ਸੀਗੇ ਕੇਜਰੀਵਾਲ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਉਹ ਵਾਦੇ ਹਾਲ ਤੱਕ ਪੂਰੇ ਨਹੀਂ ਹੋਏ ਕਿ ਉਹਨਾਂ ਉੱਤੇ ਕੋਈ 20 ਪੈਸਾ ਦੀ ਖਰਚਾ ਜਾ ਰਿਹਾ ਹੈ ਨਾ ਵਿਕਾਸ ਦਾ ਕੰਮ ਹੋ ਰਿਹਾ ਨਾ ਕਿਸੇ ਚੀਜ਼ ਦਾ ਕੰਮ ਨਹੀਂ ਹੋ ਰਿਹਾ ਹੈਗਾ ਤੇ ਇਹਦੇ ਨਾਲ ਨਾਲ ਨਵਜੋਤ ਸਿੰਘ ਸਿੱਧੂ ਨੇ ਵੀ ਸਰਕਾਰ ਦੇ ਉੱਤੇ ਜਿਹੜਾ ਹੈਗਾ ਸਰਕਾਰ ਦੀ ਆਲੋਚਨਾ ਕੀਤੀ ਹੈ ਮੁੱਖ ਮੰਤਰੀ ਦੀ ਆਲੋਚਨਾ ਕੀਤੀ ਹੈ ਕਿ ਉਹ ਇਨਾ ਕਰਾ ਕਿਉਂ ਲੈ ਰਹੇ ਨੇ ਤੇ ਜੇਕਰ ਅਸੀਂ ਪਿਛਲੇ ਇਤਿਹਾਸ ਦੇ ਵਿੱਚ ਜਾਈਏ ਤਾਂ 1900 52 ਦੇ ਵਿੱਚ ਪੰਜਾਬ ਦੇ ਉੱਤੇ 78.31 ਕਰੋੜ ਰੁਪਏ ਦਾ ਕਰਜ਼ਾ ਸੀਗਾ ਜਿਹੜਾ 1964 ਦੇ ਵਿੱਚ 350 ਕਰੋੜ ਰੁਪਏ ਹੋ ਗਿਆ ਸੀਗਾ ਪਰ ਜਦੋਂ 80 ਦਾ ਦਹਾਕਾ ਸੀਗਾ ਜਦੋਂ ਕਾਲਾ ਦੌਰ ਚੱਲ ਰਿਹਾ ਸੀਗਾ ਕਤਲੂਗਾਰਦ ਚੱਲ ਰਹੇ ਸੀਗੇ ਅੱਤਵਾਦ ਪੂਰੇ ਜ਼ੋਰਾਂ ਤੇ ਸੀਗੀ ਪੁਲਸ ਜਿਹੜੀਆਂ ਜਿਹੜੀਆਂ ਖਾਸ ਤੌਰ ਤੇ ਨੀਮ ਫੋਰ ਦੀ ਦਸਤੇ ਪੰਜਾਬ ਦੇ ਵਿੱਚ ਲਾਇਆ ਜਾ ਰਿਹਾ ਸੀ ਉਦੋਂ ਪੰਜਾਬ ਦੇ ਸਿਰ ਦੇ ਉੱਤੇ ਬਹੁਤ ਹੀ ਵੱਡਾ ਕਰਜ਼ਾ ਚੜਿਆ ਹੈ ਇੱਕ ਅਨੁਮਾਨ ਅਨੁਸਾਰ ਉਸ ਸਮੇਂ ਦੌਰਾਨ ਚੜ੍ਹੇਗਾ 38000 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ ਵੱਧ ਗਿਆ ਸੀਗਾ ਬਾਅਦ ਵਿੱਚ ਜਦੋਂ ਸਰਕਾਰਾਂ ਆਈਆਂ ਤਾਂ ਪੰਜਾਬ ਦੀਆਂ ਸਰਕਾਰਾਂ ਨੇ ਬੇਨਤੀ ਕੀਤੀ ਕਿ ਸਾਡਾ ਕਰਜ਼ਾ ਮਾਫ ਕੀਤਾ ਜਾਵੇ ਤੇ ਉਸ ਸਮੇਂ ਸਟਾਰਟਸ 72 ਕਰੋੜ ਰੁਪਏ ਦਾ ਕਰਜ਼ਾ ਉਤਾਰਿਆ ਮਾਫੀ ਕੀਤਾ ਗਿਆ ਸੀਗਾ ਪਰ ਇਹ ਜਿਹੜੀ ਕਰਜ਼ੇ ਦੀ ਪੰਡ ਹੈ ਲਗਾਤਾਰ ਵਧਦੀ ਹੀ ਰਹੀ ਹੈ ਤੇ ਤੁਸੀਂ ਹਿਸਾਬ ਨਾਲੋ ਵੀ ਇਕੱਲੇ ਇਕੱਲੇ ਪੰਜਾਬੀ ਦੇ ਸਿਰ ਦੇ ਉੱਤੇ ਕਿੰਨੇ ਕਰੋੜ ਰੁਪਏ ਦਾ ਕਰਜ਼ਾ ਹੈ ਤੇ 2007-08 ਦੇ ਵਿੱਚ ਇਹ ਕਰਜ਼ਾ ਤਕਰੀਬਨ 55982 ਕਰੋੜ ਰੁਪਏ ਦਾ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ 2017 18 ਦੇ ਵਿੱਚ ਇਹ ਕਰਜ਼ਾ 182 ਕਰੋੜ ਦਾ ਹੋ ਚੁੱਕਾ ਹੈ ਤੇ ਉਸ ਤੋਂ ਬਾਅਦ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੇ ਹੁਣ ਤੱਕ ਦਾ ਜਿਹੜਾ ਕਰਜ਼ਾ ਉਹ 282 82000 ਕਰੋੜ ਰੁਪਏ ਦਾ ਹੋ ਚੁੱਕਾ ਹੈ ਤੁਸੀਂ ਇਸੋ ਹਿਸਾਬ ਲਗਾ ਸਕਦੇ ਹੋ ਕਿ ਪੰਜਾਬ ਸਰ ਇਸ ਸਮੇਂ ਕਿੰਨਾ ਕਰਜ਼ਾ ਚੜ ਚੁੱਕਾ ਹੈ ਤੇ ਇਸ ਗੱਲ ਕਰਕੇ ਹੀ ਸਰਕਾਰ ਵੱਲੋਂ ਵਿਰੋਧੀ ਧਿਰਾਂ ਵੱਲੋਂ ਸਰਕਾਰ ਦੀ ਅਲੋਚਨਾ ਕੀਤੀ ਜਾਂਦੀ ਹੈ ਕਿ ਜਦੋਂ ਕੇਸ਼ਰੀਵਾਲ ਪੰਜਾਬ ਦੇ ਆਉਂਦੇ ਸੀਗੇ ਤੇ ਪੰਜਾਬ ਦੇ ਵਿੱਚ ਪ੍ਰਚਾਰ ਕਰਦੇ ਸੀ ਕਿ ਉਹਦੇ ਵਿੱਚ ਉਹਨਾਂ ਵੱਲੋਂ ਬਹੁਤ ਸਾਰੀਆਂ ਯੋਜਨਾਵਾਂ ਦਰਸਾਈਆਂ ਜਾਂਦੀਆਂ ਸੀਗੀਆਂ ਉਹਦੇ ਵਿੱਚ ਇਹ ਗੱਲ ਕਹੀ ਜਾਂਦੀ ਸੀ ਕਿ ਅਸੀਂ ਇੰਨਾ ਪੈਸਾ ਇੱਥੋਂ ਇਕੱਠਾ ਕਰ ਲਾਂਗੇ ਇੰਨਾ ਪੈਸਾ ਇੱਥੋਂ ਇਕੱਠਾ ਕਰ ਲਾਂਗੇ ਤੇ ਪੰਜਾਬ ਦਾ ਖਜ਼ਾਨਾ ਕਦੇ ਖਾਲੀ ਨਹੀਂ ਹੋ ਮਤਰਾ ਰਹੇਗਾ ਤੇ ਇਸ ਵੱਲ ਵਿੱਚ ਹੁਣ ਵੀ ਪਗਮਤਮਾਨ ਇਹ ਗੱਲ ਕਹਿੰਦੇ ਆ ਕਿ ਸਾਡਾ ਖਜ਼ਾਨਾ ਕਦੇ ਖਾਲੀ ਨਹੀਂ ਰਿਹਾ ਹੈਗਾ ਜਦ ਕਿ ਕਾਂਗਰਸ ਚਾਹੇ ਅਕਾਲੀ ਉਹ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਸਾਡਾ ਜਿਹੜਾ ਖਜ਼ਾਨਾ ਇਹ ਖਾਲੀ ਪਿਆ ਤੇ ਪਰ ਇਹ ਹੈ ਕਿ ਇਹ ਸਰਕਾਰ ਦੀ ਇਸ ਗੱਲ ਕਰਕੇ ਵੀ ਅਲੋਚਨਾ ਹੁੰਦੀ ਹੈ ਕਿਉਂਕਿ ਇੱਕ ਪਾਸੇ ਤਾਂ ਇਹ ਕਹਿੰਦੇ ਵੀ ਜਿਹੜਾ ਖਜ਼ਾਨਾ ਖਾਲੀ ਨਹੀਂ ਹੈ ਭਰਿਆ ਪਿਆ ਹੈ ਦੂਜੇ ਪਾਸੇ ਜਿਵੇਂ ਹੁਣ ਅਗਰ ਇਸ ਸਮੇਂ ਮੀਂਹ ਦੇ ਕਾਰਨ ਹੜ੍ਹਾਂ ਦੇ ਕਾਰਨ ਜਿਹੜਾ ਨੁਕਸਾਨ ਹੋਇਆ ਹਾਲ ਤੱਕ ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ ਹੈਗਾ ਲੋਕ ਇਸ ਸਮੇਂ ਬਹੁਤ ਜ਼ਿਆਦਾ ਤੰਗ ਨਜ਼ਰ ਆ ਰਹੇ ਨੇ ਤੇ ਬਹੁਤ ਸਾਰੇ ਇਹ ਮਸਲੇ ਨੇ ਜਿਹੜੇ ਇਹ ਸਰਕਾਰ ਤੋਂ ਜਵਾਬ ਮੰਗਦੇ ਨੇ ਕਿ ਆਖਰਕਾਰ ਤੁਸੀਂ ਕਹਿੰਦੇ ਕਿਉਂ ਤੇ ਕਰਦੇ ਕਿਉਂ ਤੇ ਇਸ ਸਬੰਧ ਵਿੱਚ ਜਿਹੜਾ ਹੈਗਾ ਸਰਕਾਰ ਨੇ ਹੁਣ ਤੱਕ ਇਹ ਵੀ ਗੱਲ ਵੀ ਕਹੀ ਹੈ ਕਿ ਅਸੀਂ ਕੇਂਦਰ ਤੋਂ ਭੀਖ ਨਹੀਂ ਮੰਗਣੀ ਸਾਡਾ ਹੱਕ ਮੰਗਦਾ ਪਰ ਇਹਦੇ ਨਾਲ ਨਾਲ ਇਹ ਇੱਕ ਇਹ ਵੀ ਗੱਲ ਹੁੰਦੀ ਹੈ ਕਿ ਤੁਹਾਨੂੰ ਯਾਦ ਹੋਊਗਾ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਸੀ ਤਾਂ ਅਕਸਰ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਤਾਂ ਉਹ ਡਾਕਟਰ ਮਨਮੋਹਨ ਸਿੰਘ ਕੁਲਜਲਦੇ ਸੀ ਪੰਜਾਬ ਵਾਸਤੇ ਪ੍ਰੋਜੈਕਟ ਲੈ ਕੇ ਆਉਂਦੇ ਸੀ ਪੈਸਾ ਲੈ ਕੇ ਆਉਂਦੇ ਸੀ ਇਸੇ ਤਰੀਕੇ ਦੇ ਨਾਲ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦੇ ਸੀ ਤਾਂ ਭਾਤੀ ਜਨਤਾ ਪਾਰਟੀ ਦੀ ਸਰਕਾਰ ਹੁੰਦੀ ਸੀ ਤਾਂ ਉੱਥੇ ਉਹ ਕੇਂਦਰ ਸਰਕਾਰ ਕੋਲ ਕੇਂਦਰੀ ਮੰਤਰੀਆਂ ਕੋਲ ਪਹੁੰਚਦੇ ਸੀਗੇ ਤੇ ਪੰਜਾਬ ਵਾਸਤੇ ਪੈਸੇ ਦੀ ਵਿਵਸਥਾ ਹੋ ਜਾਂਦੀ ਸੀ ਪਰ ਇਸ ਸਮੇਂ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਸਰਕਾਰ ਦੇ ਨਾਲ ਟਕਰਾਅ ਦੀ ਨੀਤੀ ਬਣਾ ਰੱਖਿਆ ਹੈ ਤੇ ਇਹ ਕਹਿੰਦੇ ਆ ਕਿ ਅਸੀਂ ਕੇਂਦਰ ਕੋਲ ਭੀਖ ਨਹੀਂ ਮੰਗਣੀ ਉਸ ਗੱਲ ਕਰਕੇ ਵੀ ਜਿਹੜਾ ਹੈਗਾ ਬੜੀ ਸਮੱਸਿਆਵਾਂ માં ਖੜੀ ਹੋਈਆਂ ਨੇ ਇਸੇ ਗੱਲ ਕਰਕੇ ਪੇਡੂ ਵਿਕਾਸ ਫੰਡ ਨਹੀਂ ਮਿਲ ਰਿਹਾ ਬੜਾ ਕੁਝ ਇਸ ਤਰ੍ਹਾਂ ਦਾ ਚੱਲ ਰਿਹਾ ਤੇ ਪਰ ਇਹਦੇ ਨਾਲ ਨੁਕਸਾਨ ਪੰਜਾਬ ਦਾ ਹੋ ਰਿਹਾ ਹੈ ਪੰਜਾਬ ਦੇ ਲੋਕਾਂ ਦਾ ਹੋ ਰਿਹਾ ਹੈ ਪੰਜਾਬ ਦੇ ਵਿਕਾਸ ਤੇ ਕੰਮ ਨਹੀਂ ਹੋ ਰਹੇ ਜਿਹੜੇ ਲੋੜਵੰਦ ਲੋਕ ਨੇ ਜਿਨ੍ਹਾਂ ਨੂੰ ਮੁਆਵਜ਼ੇ ਦੇਣੇ ਉਹ ਮੁਆਵਜ਼ੇ ਨਹੀਂ ਮਿਲ ਰਹੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਪੰਜਾਬ ਦੇ ਸਿਰ ਤੇ ਤੇ ਖੜੀਆਂ ਨੇ ਹੁਣ ਇੱਕ ਜਿਹੜੀ ਚੰਗੀ ਖਬਰ ਵੀ ਹੈ ਉਹ ਇਹ ਹੈ ਕਿ ਜਿਹੜੇ ਰਾਜਪਾਲ ਆਪਣੇ ਰਾਜ ਸਭਾ ਦੇ ਮੈਂਬਰ ਨੇ ਰਾਗਵ ਚੱਡਾ ਉਹਨਾਂ ਦਾ ਵਿਆਹ ਹੋਇਆ ਹੈ ਮਸ਼ਹੂਰ ਅਦਾਕਾਰਾ ਪਰਨੀਤੀ ਚੋਪੜਾ ਦੇ ਨਾਲ ਕੱਲ ਜਿਹੜਾ ਹੈ ਇਹ ਵਿਆਹ ਹੋਇਆ ਤਾਂ ਅੱਜ ਲੇਖ ਪੈਲੈਸ ਦੇ ਵਿੱਚ ਰਾਜਸਥਾਨ ਦੇ ਵਿੱਚ ਉੱਥੇ ਖਾਸ ਤੌਰ ਤੇ ਹਰ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੀ ਪਹੁੰਚੇ ਭਗਵਾਨ ਤਮਨ ਵੀ ਪਹੁੰਚੇ ਹੋਰ ਵੱਡੀਆਂ ਹਸਤੀਆਂ ਵੀ ਉੱਥੇ ਪਹੁੰਚੀਆਂ ਤੇ ਇਸ ਵਿਆਹ ਨੂੰ ਕਈ ਅਖਬਾਰਾਂ ਨੇ ਰਾਜਨੀਤੀ ਕਿਹਾ ਜਿੰਨ ਕਿ ਰਾਗਪ ਚੱਡਾ ਤੇ ਪੜਨ ਲਿਤੀ ਹੈ ਉਹਨਾਂ ਨੂੰ ਇਕੱਠਾ ਕਰਕੇ ਰਾਗਨੀਤੀ ਕਿਹਾ ਤੇ ਇਸ ਸ਼ਾਹੀ ठाट-ਬਾਟ ਦਾ ਜਿਹੜਾ ਵਿਆਹ ਹੋਇਆ ਇਹ ਕਾਫੀ ਚਰਚਾ ਦੇ ਵਿੱਚ ਹੈ ਇਹ ਕਿ ਜਿਹੜਾ ਹੈ ਵੀਡੀਓ ਦੇ ਉੱਤੇ ਵੀ ਛਾਇਆ ਪਿਆ ਤੇ ਖਾਸ ਤੌਰ ਤੇ ਜਿਹੜੀਆਂ ਪੰਜਾਬ ਦੀਆਂ ਅਖਬਾਰਾਂ ਨੇ ਉਹਨਾਂ ਦੇ ਤੇ ਪ੍ਰਮੁੱਖ ਤਸਵੀਰ ਵੀ ਆਈ ਹੈ ਜਿਹੜੀ ਕਿ ਜਿਹੜੇ ਆ ਕੌਮੀ ਅਖਬਾਰਾਂ ਨੇ ਉਹਨਾਂ ਉੱਤੇ ਵੀ ਇਹਨਾਂ ਦੀਆਂ ਤਸਵੀਰਾਂ ਛਪੀਆਂ ਹੋਈਆਂ ਨੇ ਪਰ ਨਾਲ ਨਾਲ ਜਦੋਂ ਇਹ ਸਾਂਹੀ ਠਾਠ ਪਾਠ ਵਾਲੇ ਵਿਆਹ ਦੀ ਗੱਲ ਹੁੰਦੀ ਹੈ ਤਾਂ ਸੁਖਪਾਲ ਖਹਿਰਾ ਨੇ ਇੱਕ ਵਿਸ਼ੇਸ਼ ਖਾਸ ਟੰਕ ਦੇ ਨਾਲ ਵਧਾਈ ਦਿੱਤੀ ਉਹਨਾਂ ਕਿਹਾ ਕਿ ਜਿਹੜਾ ਹੈਗਾ ਅਸੀਂ ਵਧਾਈ ਦਿੰਨੇ ਆ ਰਾਘੂ ਚੱਡਾ ਨੂੰ ਤੇ ਪਰਨਿਤੀ ਚੋਪੜਾ ਨੂੰ ਪਰ ਨਾਲ ਨਾਲ ਉਹਨਾਂ ਨੇ ਕਈ ਸਵਾਲ ਵੀ ਖੜੇ ਕਰ ਦਿੱਤੇ ਹੈ ਕਿ ਆਮ ਆਦਮੀ ਪਾਰਟੀ ਇਹ ਕਹਿੰਦੀ ਸੀ ਕਿ ਅਸੀਂ ਆਮ ਲੋਕ ਆ ਅਸੀਂ ਆਮ ਲੋਕਾਂ ਵਾਂਗ ਵਿਚਰਦੇ ਆ ਪਰ ਇਹ ਜਿਹੜਾ ਵਿਆਹ ਹੈ ਇੱਕ ਖਾਸ ਲੋਕਾਂ ਵਾਂਗੂ ਨਜ਼ਰ ਆ ਰਿਹਾ ਹੈ ਤੇ ਇਹ ਸਬੰਧ ਵਿੱਚ ਉਹਨਾਂ ਨੇ ਖਾਸ ਤੌਰ ਤੇ ਜਿਹੜੇ ਰਗ ਚੱਡਾ ਦੀ ਰਿਟਰਨ ਹੈ ਉਹ ਦਿਖਾਈ ਹੈ ਜਿਹਦੇ ਵਿੱਚ ਤਕਰੀਬਨ 3 ਲੱਖ ਦੀ ਆਮਦਨ ਦਿਖਾਈ ਗਈ ਹੈ ਜਿਹੜੀ 3 ਲੱਖ ਦੀ ਜੇਕਰ ਆਮਦਨ ਆ ਤਾਂ ਐਡਾ ਸ਼ਾਹੀ ਠਾਠ ਵਾਟਾ ਵਾਲਾ ਵਿਆਹ ਕਿਸ ਤਰ੍ਹਾਂ ਹੋ ਸਕਦਾ ਹੈ ਤੇ ਇਹ ਉਹਨਾਂ ਨੇ ਇਹ ਵੀ ਕਿਹਾ ਕਿ ਅਸਲ ਦੇ ਵਿੱਚ ਇਹ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ ਲੋਕ ਇਹ ਕਹਿੰਦੇ ਸੀਗੇ ਅਸੀਂ ਤਾਂ ਆਮ ਘਰਾਂ ਦੇ ਲੋਕ ਆ ਅਸੀਂ ਆਮ ਘਰਾਂ ਦੇ ਬਾਗ ਹੀ ਫੈਚਰਨਾ ਚਾਹੁੰਦੇ ਆ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਹੈ ਉਹ ਹਮੇਸ਼ਾ ਹੀ ਸਟੇਜ ਦੇ ਉੱਤੇ ਇਸੇ ਤਰ੍ਹਾਂ ਦੀ ਗੱਲਾਂ ਬਾਤਾਂ ਕਰਦੇ ਆਉਂਦੇ ਆ ਪਰ ਜਿਸ ਤਰੀਕੇ ਨਾਲ ਇਹ ਵਿਆਹ ਹੋਇਆ ਉਸ ਕਾਰਨ ਜਿਹੜਾ ਹੈਗਾ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਵੀ ਇੰਨਾ ਪੈਸਾ ਕਿੱਥੋਂ ਆਇਆ ਤੇ ਦੂਜੀ ਪਾਸੇ ਖੈਰਾਂ ਨੇ ਇਹ ਵੀ ਕਿਹਾ ਕਿ ਜੇਕਰ ਰਾਗਵ ਚੱਡਾ ਨੇ ਇਹ ਪੈਸਾ ਨਹੀਂ ਖਰਚਿਆ ਜੇ ਪਰਨੀਤੀ ਚੋਪੜਾ ਨੇ ਪੈਸਾ ਖਰਚਿਆ ਤਾਂ ਵੀ ਇਹ ਲੋਕਾਂ ਨੂੰ ਹਿਸਾਬ ਦਾਬ ਦੇਣਾ ਚਾਹੀਦਾ ਹੈ ਇਹਦੇ ਨਾਲ ਜਿਹੜੀ ਅਗਲੀ ਖਬਰ ਹੈ ਉਹ ਪੰਜਾਬ ਦੇ ਨਾਲ ਸੰਬੰਧਿਤ ਹੈ ਤੇ ਅਚਾਨਕ ਤੜਾ ਹੈ ਮੌਸਮ ਦੇ ਵਿੱਚ ਬਦਲਾਅ ਚੁੱਕਾ ਹੈ ਤੇ ਇਹਦਾ ਮਤਲਬ ਇਹ ਹੈ ਕਿ ਸਰਦੀ ਨੇ ਦਸਤਯਾ ਦੇਢੀ ਸ਼ੁਰੂ ਕਰ ਦਿੱਤੀ ਹੈ ਅੱਜ ਜੇਕਰ ਪਟਿਆਲੇ ਦੀ ਨਜ਼ਰ ਮਾਰੀਏ ਤਾਂ ਧੁੰਦ ਪੈ ਰਹੀ ਹੈ ਕਦੇ ਸੰਬਰ ਮਹੀਨੇ ਦੇ ਵਿੱਚ ਧੁੰਦ ਨਹੀਂ ਨਜ਼ਰ ਆਉਂਦੀ ਹੁੰਦੀ ਪਰ ਇਹ ਹੈ ਕਿ ਅੱਜ ਦਸੰਬਰ ਦੇ ਮਹੀਨੇ ਵਾਂਗ ਧੁੰਦ ਨਜ਼ਰ ਆ ਰਹੀ ਹੈ ਜਦੋਂ ਸੜਕ ਦੇ ਉੱਤੇ ਤੁਰਤੇ ਜਾਂਦੇ ਅੱਗੇ ਜਾਂਦੇ ਵਾਹਨ ਵੀ ਨਜ਼ਰ ਨਹੀਂ ਆ ਰਹੇਗੇ ਉਹਦਾ ਕਾਰਨ ਇਹ ਵੀ ਹੈ ਕਿ ਕੱਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਬਹੁਤ ਜ਼ਿਆਦਾ ਵਰਖਾ ਹੋਈ ਹੈ ਕੱਲ ਪਟਿਆਲਾ ਰੂਪੜ ਲੁਧਿਆਣਾ ਫਤਿਹਗੜ ਸਾਹਿਬ ਫਰੀਦਕੋਟ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਕਾਫੀ ਵਰਖਾ ਨਜ਼ਰ ਆਈ ਹੈ ਤੇ ਇਸ ਵਰਖਾ ਦੇ ਕਾਰਨ ਮੌਸਮ ਦੇ ਵਿੱਚ ਵੀ ਅਚਾਨਕ ਬਦਲਾਅ ਆ ਗਿਆ ਜਿਹੜਾ ਪਾਰਾ ਸੀਗਾ ਉਹ ਕਾਫੀ ਘਟ ਚੁੱਕਾ ਤਕਰੀਬਨ 5-6 ਡਿਗਰੀ ਘਟ ਚੁੱਕਾ ਤੇ ਇਸ ਸਮੇ ਜਿਹੜਾ ਹੈ ਲੋਕ ਥੋੜੀ ਥੋੜੀ ਠੰਡ ਮਹਿਸੂਸ ਕਰਨ ਲੱਗ ਪਏ ਨੇ ਏਸੀ ਬੰਦ ਹੋ ਚੁੱਕੇ ਨੇ ਥੋੜੇ ਥੋੜੇ ਪੱਖੇ ਚੱਲ ਰਹੇ ਨੇ ਦੱਸ ਦਈਏ ਕਿ ਜਿਹੜਾ ਅਗਲਾ ਹਿੱਸਾ ਹੈ ਉਹ 10 ਵਜੇ ਦਿਖਾਇਆ ਜਾਊਗਾ ਪਰ ਫੇਸਬੁੱਕ ਅਤੇ YouTube ਦੇ ਉੱਤੇ ਇਹ ਪ੍ਰੋਗਰਾਮ ਚੱਲਦਾ ਰਹੂਗਾ ਪੰਜਾਬ ਜਿਸ ਦੀ ਅਪਾ ਸ਼ੁਰੂਆਤ ਕੀਤੀ ਸੀ ਕਿ ਜਿਹਨੂੰ ਅਸੀਂ گلاب ਦੇ ਫੁੱਲ ਦੇ ਨਾਲ ਏਸੀ ਤੁਲਨਾ ਕਰਦੇ ਆਉਂਦੇ ਸੀਗੇ ਪਰ ਅਫਸੋਸ ਦੀ ਗੱਲ ਇਹ ਹੈ ਕਿ ਪਿਛਲੇ 2-3 ਦਹਾਕਿਆਂ ਤੋਂ ਪੰਜਾਬ ਨੂੰ ਨਸ਼ਿਆਂ ਨੇ ਪੂਰੀ ਤਿੱਕੀ ਨਾਲ ਬਰਬਾਦ ਕਰਕੇ ਰੱਖ ਦਿੱਤਾ ਹੈ ਆਪਾਂ ਅਕਸਰ ਗੱਲ ਕਰਦੇ ਹੁੰਦੇ ਹਾਂ ਅਸੀਂ ਚਰਚਾ ਪ੍ਰੋਗਰਾਮ ਦੇ ਵਿੱਚ ਵੀ ਕਈ ਵਾਰ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਕਿ ਆਖਿਰ ਇਹ ਨਸ਼ੇ ਕਿਉਂ ਨਹੀਂ ਖਤਮ ਹੋ ਰਹੇ ਇਸ ਸਬੰਧ ਵਿੱਚ ਇਸ ਇਹਨਾਂ ਨਸ਼ਿਆਂ ਨੇ ਦੋ ਸਰਕਾਰਾਂ ਵੀ ਲੈ ਲਈਆਂ ਉਹਦੇ ਵਿੱਚ ਜਦੋਂ ਅਕਾਲੀ ਦਲ ਸੱਤਾ ਵਿੱਚ ਸੀ ਇਹ ਤਾਂ ਉਸ ਸਮੇਂ ਕਾਂਗਰਸ ਦੇ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਹੁਣ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ ਉਹਨਾਂ ਨੇ ਕਿਹਾ ਸੀਗਾ ਕਿ ਜੇਕਰ ਕਾਂਗਰਸ ਦੀ ਸਰਕਾਰ ਆਉਂਗੀ ਤਾਂ ਅਸੀਂ ਦਿਨਾਂ ਦੇ ਵਿੱਚ ਇਹ ਨਸ਼ਾ ਖਤਮ ਕਰ ਦਵਾਂਗੇ ਪਰ ਇਹ ਨਸ਼ਾ ਖਤਮ ਨਹੀਂ ਹੋਇਆ ਉਹਨਾਂ 5 ਸਾਲਾਂ ਦੇ ਵਿੱਚ ਵੀ ਇਹ ਨਸ਼ਾ ਉਸੇ ਤਰੀਕੇ ਦੇ ਨਾਲ ਚੱਲਦਾ ਰਿਹਾ ਇੱਥੇ ਇਨਟੀਟੀਆਂ ਸਮਗਲਰ ਫੜੇ ਵੀ ਗਏ ਪਰ ਇਸ ਦੇ ਬਾਵਜੂਦ ਇਹ ਨਸ਼ੇ ਦਾ ਕਾਰੋਬਾਰ ਉਸੇ ਤਰੀਕੇ ਦੇ ਨਾਲ ਚੱਲਦਾ ਰਿਹਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਲੋਕਾਂ ਦੇ ਨਾਲ ਵਾਅਦਾ ਕੀਤਾ ਕਿ ਜੇਕਰ ਅਸੀਂ ਸੱਤਾ ਦੇ ਵਿੱਚ ਆ ਗਏ ਤਾਂ ਇਹ ਨਸ਼ੇ ਦਾ ਕਾਰੋਬਾਰ ਅਸੀਂ ਖਤਮ ਕਰਵਾਵਾਂਗੇ ਮਾਵਾ ਦੇ ਪੁੱਤ ਨਹੀਂ ਮਰਨਗੇ ਤੇ ਇਹ ਜਿਹੜੇ ਵੱਡੀਆਂ ਮੱਛੀਆਂ ਨੇ ਉਹਨਾਂ ਨੂੰ ਫੜ ਫੜ ਕੇ ਜੇਰਾਂ ਦੇ ਵਿੱਚ ਦੇ ਦਵਾਂਗੇ ਪਰ ਹਲੇ ਤੱਕ ਅਜਿਹਾ ਨਜ਼ਰ ਨਹੀਂ ਆ ਰਿਹਾ ਭਾਵੇਂ ਕਿ ਸਰਕਾਰ ਵੱਲੋਂ ਨਸ਼ਾ ਫੜਿਆ ਵੀ ਜਾਂਦਾ ਹੈ ਨਸ਼ਾ ਤਸਕਰ ਵੀ ਫੜੇ ਜਾਂਦੇ ਆ ਪਰ ਨਸ਼ਾ ਉਸੇ ਤਰੀਕੇ ਦੇ ਨਾਲ ਚੱਲ ਹੀ ਨਹੀਂ ਰਿਹਾ ਦੁੱਗਣਾ ਤਿਗਣਾ ਚੌਗਣਾ ਫੈਲ ਚੁੱਕਾ ਰੋਜ਼ ਤੁਸੀਂ ਦੇਖੋਗੇ ਕਿਤੇ ਤਾਂ ਸਰਿੰਜ ਦੇ ਨਾਲ ਨਾੜ ਦੇ ਵਿੱਚ ਲੱਗੀ ਹੁੰਦੀ ਹੈ ਨੌਜਵਾਨ ਮਰਿਆ ਪਿਆ ਹੁੰਦਾ ਹੈ ਕਿਤੇ ਲੜਕੀ ਨਸ਼ੇ ਕਾਰਨ ਹੰਮ ਦੀ ਫਰਤੀ ਨਜ਼ਰ ਆਉਂਦੀ ਹੈ ਕਿਤੇ ਨਸ਼ੇ ਦੇ ਵਿੱਚ ਲੋਕਾਂ ਵੱਲੋਂ ਅੱਕ ਕੇ ਨਸ਼ਾ ਤਸਕਰਾਂ ਨੂੰ ਫੜਿਆ ਜਾਂਦਾ ਹੈ ਉਹਨਾਂ ਨੂੰ ਬੰਨ੍ਹ ਕੇ ਕੁੱਟਿਆ ਜਾਂਦਾ ਹੈ ਤੇ ਜਦੋਂ ਫੇਰ ਛੱਡ ਕੇ ਜਾਂ ਪੁਲਿਸ ਕੋਲ ਛੱਡਿਆ ਜਾਂਦਾ ਤਾਂ ਥੋੜੇ ਦਿਨ ਬਾਅਦ ਉਹ ਰਿਹਾ ਹੋ ਕੇ ਆ ਜਾਂਦੇ ਨੇ ਫੇਰ ਉਹੀ ਕਾਰੋਬਾਰ ਚੱਲਣ ਲੱਗ ਜਾਂਦਾ ਹੈ ਇਸ ਸਬੰਧ ਵਿੱਚ ਅੱਜ ਕਈ ਖਬਰਾਂ ਸਾਡੇ ਕੋਲ ਨੇ ਜਿਨ੍ਹਾਂ ਨੂੰ ਅਸੀਂ ਪੜਦੇ ਆ ਪੜਦੇ ਆ ਤੁਹਾਨੂੰ ਦੱਸਦੇ ਵੀ ਆ ਕਿ ਆਖਰਕਾਰ ਕੀ ਕੁਝ ਹੋਰ ਹੈ ਪਹਿਲੀ ਖਬਰ ਨਵਾਂ ਸ਼ਹਿਰ ਦੀ ਆ ਨਵਾਂ ਸ਼ਹਿਰ ਦੇ ਵਿੱਚ ਇੱਕ ਇੱਕ ਲਾਉਤੇ ਮੁੰਡੇ ਨੇ ਆਪਣੇ ਪਿਤਾ ਨੂੰ ਨਸ਼ੇ ਦੀ ਲੂਰ ਦੇ ਵਿੱਚ ਮਾਰਤਾ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਇਹ ਪਿੰਡ ਸਲੋ ਹੈ ਨਵਾਂ ਸ਼ਹਿਰ ਦੇ ਵਿੱਚ ਜਿਹਦੇ ਵਿੱਚ ਬਲਰਾਜ ਨਾਮਕ ਲੜਕਾ ਹੈ ਨਸ਼ੇ ਦੇ ਆਦੀ ਹੈ ਤੇ ਉਸ ਨੇ ਆਪਣੇ ਪਿਤਾ ਸ੍ਰਿੰਦਰ ਕੁਮਾਰ ਨੂੰ ਡੱਡੇ ਮਾਰ-ਮਾਰ ਕੇ ਮਾਰ ਦਿੱਤਾ ਤੇ ਪੁਲਿਸ ਕੋਲ ਇਹ ਦੱਸਿਆ ਗਿਆ ਕਿ ਇਹ ਆ ਹਾਸਬਾ ਪ੍ਰੇਤਾਂ ਕਰਕੇ ਮੇਰੇ ਪਿਤਾ ਦੀ ਮੌਤ ਹੋਈ ਹੈ ਪਰ ਜਦੋਂ ਪੁੱਛਗਿਛ ਕੀਤੀ ਗਈ ਉਸ ਤੋਂ ਪਤਾ ਲੱਗਿਆ ਕਿ ਨਸ਼ੇ ਦੀ ਲੋਰ ਦੇ ਵਿੱਚ ਉਸ ਨੇ ਡੰਡੇ ਮਾਰ ਕੇ ਆਪਣੇ ਪਿਓ ਨੂੰ ਮਾਰ ਦਿੱਤਾ ਇਹਦੇ ਨਾਲ ਇੱਕ ਬੜੀ ਹੀ ਆਪਾਂ ਹੈਰਾਨੀਜਨਕ ਖਬਰ ਸਾਂਝੀ ਕਰਦੇ ਹਾਂ ਉਹ ਹੈ ਗੁਰਦਾਸਪੁਰ ਦੀ ਉਹਦੇ ਵਿੱਚ ਗੁਰਦਾਸਪੁਰ ਦੇ ਨਸ਼ਾ ਛਡਾਓ ਕੇਂਦਰ ਦੇ ਵਿੱਚ ਇੱਕ ਇੰਜੀਨੀਅਰ ਜਿਨੇ 2001 ਕਦੇ ਵਿੱਚ ਐਮਟੈਕ ਕੀਤੀ ਸੀਗੀ ਹੁਣ ਜ਼ੇਰੇ ਇਲਾਜ ਹੈ ਕਿ ਉਸ ਨੂੰ ਨਸ਼ਾ ਛਡਾਇਆ ਜਾਵੇ ਉਸ ਦੀ ਜੇਕਰ ਕਹਾਣੀ ਆਪਾਂ ਸੁਣੀਏ ਤਾਂ ਬਹੁਤ ਹੀ ਰੌਂਗ ਟੇਖੜੇ ਕਰਨ ਵਾਲੀ ਹੈ ਉਸ ਨੇ ਦੱਸਿਆ ਕਿ ਉਸ ਦਾ ਵਿਆਹ ਹੋਇਆ ਸੀਗਾ ਇੱਕ ਨਰਸ ਦੇ ਨਾਲ ਅੱਗੋਂ ਪਤਾ ਲੱਗਿਆ ਕਿ ਉਹ ਨਰਸ ਜਿਹੜੀ ਹੈ ਹੈਰੰਦਾਨ ਨਸ਼ਾ ਕਰਦੀ ਹੈ ਉਸ ਨੂੰ ਇਹ ਨਸ਼ਾ ਕਿੱਥੋਂ ਲੱਗਿਆ ਉਸ ਨੂੰ اپنی ماں ਕੋਲੋਂ نشਾ ਹੀ ਲੱਗ ਗਿਆ ਤੇ ਇਹ انجنیئر ਚਾਹੁੰਦਾ ਸੀਗਾ ਕਿ ਉਸ ਦੀ ਘਰ ਵਾਲੀ ਇਹ نشਾ ਛੱਡ ਦੇਵੇ ਪਰ ਉਸ ਨੇ ਇਹ ਸ਼ਰਤ ਰੱਖੀ ਕਿ ਇਹ نشਾ ਤਾਂ ਛੱਡੇਗੀ ਜੇਕਰ ਤੂੰ ਉਹਦੇ ਨਾਲ نشਾ ਕਰੇਗਾ ਤੇ ਉਹ ਉਸ ਦੇ ਨਾਲ نشਾ ਕਰਨ ਲੱਗਿਆ ਉਸ ਨਰਸ ਨੇ ਤਾਂ ਇਹ نشਾ ਕੀ ਛੱਡਣਾ ਸੀਗਾ ਤੇ ਉਹ ਖੁਦ ਵੀ ਇਸ نشے ਦੇ ਦਲਦਲ ਦੇ ਵਿੱਚ ਫਸਦਾ ਚਲਾ ਗਿਆ ਉਸ ਤੋਂ ਬਾਅਦ ਉਹਦੀ ماں ਉਸ ਨੂੰ ਮਾਈਗ੍ਰੇਸ਼ਨ ਮਾਈਗਰੇਨ ਦੀ ਸਮੱਸਿਆ ਸੀਗੀ ਉਸ ਨੂੰ ਵੀ ਹਿਰਨ ਦੇਣੀ ਸ਼ੁਰੂ ਕਰ ਦਿੱਤੀ ਤੇ ਉਸ ਦੀ ਮਾਂ ਵੀ ਇਸ ਨਸ਼ੇ ਦੀ ਆਦੀ ਹੋ ਗਈ ਹੌਲੀ ਹੌਲੀ ਹਾਲਾਤ ਇੰਨੇ ਜ਼ਿਆਦਾ ਵਿਗੜ ਗਏ ਉਸ ਦੇ ਜਿਹੜਾ ਘਰ ਘਰਬਾੜ ਸਾਰਾ ਕੁਝ ਵਿਗ ਗਿਆ ਉਸ ਦੀ ਉਸ ਨਸ਼ੇ ਦੇ ਕਾਰਨ ਉਸ ਦੀ ਪਤਨੀ ਦੀ ਮੌਤ ਹੋ ਗਈ ਪਤਨੀ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਦੀ ਵੀ ਮੌਤ ਹੋ ਗਈ ਤੇ ਉਹ ਬਿਲਕੁਲ ਮਲੰਗ ਬਣ ਗਿਆ ਤੇ ਇਸ ਨਸ਼ੇ ਦੇ ਕਾਰਨ ਬਿਲਕੁਲ ਹੀਰੋ ਤੋਂ ਜ਼ੀਰੋ ਹੋ ਗਿਆ ਉਸ ਤੋਂ ਬਾਅਦ ਉਸ ਨੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਾ ਕੇ ਨਸ਼ਾ ਛੱਡਿਆ 40 ਦਿਨ ਉਹ ਦਾਖਲ ਰਿਹਾ ਤੇ ਉਸ ਦੀ ਕਾਉਂਸਲਿੰਗ ਵਗੈਰਾ ਹੋਈ ਸਭ ਕੁਝ ਹੋ ਗਿਆ ਉਸ ਤੋਂ ਬਾਅਦ ਉਸ ਨੇ ਖੁਸ਼ਹਾਲ ਜੀਵਨ ਬਿਤਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਦਾ ਵਿਆਹ ਵੀ ਹੋ ਗਿਆ ਪਰ ਫਿਰ ਇੱਕ ਵਾਰ ਹੇਰਮ ਦੇ ਨਸ਼ੇ ਤੋਂ ਬਾਅਦ ਉਹ ਸ਼ਰਾਬ ਦੇ ਨਸ਼ੇ ਤੇ ਆ ਗਿਆ ਅੱਜ ਹਾਲਾਤ ਫਿਰ ਵਿਗੜ ਗਏ ਨੇ ਤੇ ਹੁਣ ਫਿਰ ਉਹ ਨਸ਼ੇ ਦੇ کاروبار ਤੇ ਵਿੱਚ کاروبار ਤੇ ਨਹੀਂ ਮਤਲਬ ਨਸ਼ਾ ਕਰਨ ਲੱਗਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਹੈ ਇੱਕ ਵਾਰ ਫੇਰ ਉਹ ਦਾਖਲ ਹੋ ਗਿਆ ਇਸ ਜਿਹੜਾ ਹੈਗਾ ਨਸ਼ਾ ਛਡਾਊ ਕੇਂਦਰ ਤੇ ਵਿੱਚ ਇੱਕ ਕਹਾਣੀ ਇਹ ਦੂਜੀ ਕਹਾਣੀ ਇੱਕ ਹੋਰ ਹੈ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੈ ਉੱਥੇ ਇੱਕ ਵਿਅਕਤੀ ਹੈ ਗੁਰਪ੍ਰੀਤ ਸਿੰਘ ਚੀਮਾ ਅੱਜ ਕੱਲ ਉਹ ਗੱਤਕਾ ਟ੍ਰੇਨਰ ਹੈ ਤੇ ਉਹਦੀ ਜੀਵਨ ਦੀ ਕਹਾਣੀ ਵੀ ਇਸੇ ਤਰੀਕੇ ਨਾਲ ਦਰਤਨਾਕ ਹੈ ਉਹ ਪੰਜ ਭਰਾ ਸੀਗੇ ਪੰਜਾਂ ਦੇ ਵਿੱਚੋਂ ਚਾਰ ਭਰਾ ਨਸ਼ੇ ਦੇ ਕਾਰਨ ਹੀ ਮਰ ਚੁੱਕੇ ਨੇ ਉਹਨਾਂ ਵਿੱਚੋਂ ਇੱਕ ਵੱਡਾ ਭਰਾ ਇੱਕ ਤਿੰਨ ਉਸੇ ਛੋਟੇ ਭਰਾ ਇਸ ਨਸ਼ੇ ਦੀ ਦਲਦਲ ਦੇ ਕਾਰਨ ਮਰ ਗਏ ਇਹ ਜਦੋਂ ਲਗਾਤਾਰ ਪੁੱਤਾਂ ਦੀ ਮੌਤ ਹੋਈ ਮਾਂ ਡਿਪਰੈਸ਼ਨ ਦੇ ਵਿੱਚ ਚੜ ਗਈ ਉਸ ਡਿਪਰੈਸ਼ਨ ਨੇ ਵੀ ਹੀ ਉਸ ਦੀ ਮਾਂ ਨੂੰ ਵੀ ਲੈ ਲਿਆ ਤੇ ਉਸ ਦੀ ਮਾਂ ਦੀ ਮੌਤ ਹੋ ਗਈ ਤੇ ਇਹਦੇ ਨਾਲ ਨਾਲ ਇਹ ਜਿਹੜਾ ਵਿਅਕਤੀ ਸੀ ਗੁਰਪ੍ਰੀਤ ਸਿੰਘ ਚੀਮਾ ਇਹ ਵੀ ਜੇਲ੍ਹ ਦੇ ਵਿੱਚ ਚਲਾ ਗਿਆ ਕਿਉਂਕਿ ਇਹ ਅਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀਗਾ ਤੇ ਨਸ਼ੇ ਦੇ ਕਾਰਨ ਜਿਹੜਾ ਹੈਗਾ ਇਹ ਨੂੰ ਵੀ ਨਸ਼ੇ ਦੀ ਲਤ ਲੱਗ ਗਈ ਸੀ ਪਰ ਜਦੋਂ ਉਹ ਬਾਹਰ ਆਇਆ ਉਸ ਨੇ ਦੇਖਿਆ ਕਿ ਸਾਰੀ ਦੁਨੀਆ ਉਸ ਦੀ ਉਜੜ ਚੁੱਕੀ ਹੈ ਪਰ ਫਿਰ ਉਸ ਨੇ ਹੌਸਲਾ ਕੀਤਾ ਕਿ ਇਹ ਦੁਨੀਆ ਬਸਾਉਣੀ ਹੈ ਤੇ ਇਸ ਕਾਰਨ ਉਹ ਇੱਕ ਪ੍ਰਾਈਵੇਟ ਨੌਕਰੀ ਵੀ ਕੀਤੀ ਨਾਲ ਨਾਲ ਉਹ ਬੱਚਿਆਂ ਨੂੰ ਗੱਤਕਾ ਸਿਖਾਉਣ ਲੱਗ ਗਿਆ ਆਪ ਹੀ ਉਹ ਗੱਤਕਾ ਸਿੱਖਿਆ ਤੇ ਹੁਣ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਵਾਸਤੇ ਅੱਜ ਕੱਲ੍ਹ ਉਹ ਗੱਤਕੇ ਦੀ ਟ੍ਰੇਨਿੰਗ ਦੇ ਰਿਹਾ ਹੈ ਤੇ ਇਹ ਜੇ ਨੌਜਵਾਨਾਂ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਸਾਨੂੰ ਇਹੀ ਕਾਰਨ ਹੈ ਕਿ ਸਾਨੂੰ ਖੇਡਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਲਗਾਉਣਾ ਚਾਹੀਦਾ ਤਾਂ ਜੋ ਨੌਜਵਾਨ ਇਹਨਾਂ ਨਸ਼ਿਆਂ ਤੋਂ ਬਚ ਸਕਣ ਅਗਲੀ ਜੋ ਖਬਰ ਹੈ ਉਹ ਵੀ ਕਾਫੀ ਦਿਲਚਸਪ ਹੈ ਦਿਲਚਸਪ ਇਸ ਗੱਲ ਕਰਕੇ ਹੈ ਕਿ ਜਿਹੜੇ ਪੰਜਾਬ ਦੇ ਇੱਕ ਸੀਨੀਅਰ ਆਗੂ ਨੇ ਬਲਵੰਤ ਸਿੰਘ ਰਾਮੂ ਵਾਲੀਆ ਉਹਨਾਂ ਦੀ ਪਾਰਟੀ ਹੈ ਲੋਕ ਭਲਾਈ ਪਾਰਟੀ ਤੇ ਉਹਨਾਂ ਨੇ ਹੁਣ ਮੰਗ ਕੀਤੀ ਹੈ ਕਿ ਵਾਗਾ ਸਰਹੱਦ ਦੇ ਉੱਤੇ ਜਿਹੜੀ ਰੀਟਰੀਟ ਸੈਰਮਨੀ ਹੁੰਦੀ ਹੈ ਉਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਉਹਨਾਂ ਨੇ ਕਿਉਂ ਮੰਗ ਕੀਤੀ ਹੈ ਇਸ ਬਾਰੇ ਤਾਂ ਆਪਾਂ ਬਾਅਦ ਵਿੱਚ ਜਾਵਾਂਗੇ ਪਰ ਤੁਹਾਨੂੰ ਦੱਸ ਦਈਏ ਕਿ 1999 ਦੇ 1959 ਦੇ ਵਿੱਚ ਇਹ ਰੀਟਰੀਟ ਸੈਰਮਨੀ ਸ਼ੁਰੂ ਕੀਤੀ ਸੀ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਵਾਗੇ ਸਰਹੱਦ ਦੇ ਉੱਤੇ ਸ਼ਾਮ ਵੇਲਾ ਹੁੰਦਾ ਹੈ ਜਿਹੜੇ ਲੋਕ ਵੀ ਅੰਮ੍ਰਿਤਸਰ ਜਾਂਦੇ ਨੇ ਜਾਂ ਪਾਕਿਸਤਾਨ ਵਾਲੇ ਪਾਸੇ ਲਾਹੌਰ ਜਾਂਦੇ ਆਉਂਦੇ ਨੇ ਉਹ ਰੀਟਰੀਟ ਸੈਰੇਮਨੀ ਜ਼ਰੂਰ ਦੇਖਣ ਹੁੰਦੇ ਆ ਤੇ ਉਹਦੇ ਵਿੱਚ ਦਿਖਾਇਆ ਜਾਂਦਾ ਹੈ ਕਿ ਪ੍ਰੀਡ ਹੁੰਦੀ ਹੈ ਕਿਸ ਤਰੀਕੇ ਦੇ ਨਾਲ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਜਿਹੜਾ ਹੈਗਾ ਇੱਕ ਦੂਜੇ اسی ਤਰੀਕੇ ਨਾਲ ਆ ਵੀ ਕਿਸੇ ਅਸੀਂ ਕਿਸੇ ਦੁਸ਼ਮਣ ਦੇ ਨਾਲ ਦਾ ਸਾਹਮਣਾ ਕਰ ਰਹੇ ਹਾਂ ਉਸ ਤੋਂ ਬਾਅਦ ਇਹ ਝੰਡੇ ਉਤਾਰੇ ਜਾਂਦੇ ਨੇ ਝੰਡੇ ਉਤਾਰ ਕੇ ਅਸਲ ਦੇ ਵਿੱਚ ਝੰਡੇ ਦੀ ਉਤਾਰਨ ਦੀ ਰਸਮ ਹੁੰਦੀ ਹੈ ਲੋਕ ਬੜੇ ਦੇਖਦੇ ਨੇ ਜਦੋਂ ਪਾਕਿਸਤਾਨੀ ਪ੍ਰੇਡ ਕਰਦੇ ਨੇ ਉੱਚੀ ਉੱਚੀ ਪੂਰਦੇ ਨੇ ਤਾਂ ਪਾਕਿਸਤਾਨੀ ਦਰਸ਼ਕ ਤਾੜੀਆਂ ਮਾਰਦੇ ਨੇ ਜਦੋਂ ਭਾਰਤੀ ਦਰਸ਼ਕ ਦੇਖਦੇ ਨੇ ਤਾਂ ਭਾਰਤੀ ਦਰਸ਼ਕ ਤਾੜੀਆਂ ਮਾਰਦੇ ਨੇ ਅਸਲ ਦੇ ਵਿੱਚ ਇਹਦੇ ਵਿੱਚ ਮਤਲਬ ਤਾਕਤ ਦਾ ਦਿਖਾਵਾ ਕੀਤਾ ਜਾਂਦਾ ਹੈ ਬਲਵੰਤ ਸਿੰਘ ਰਾਮੂ ਵਾਲੀਆ ਇਹ ਕਹਿੰਦੇ ਨੇ ਕਿ ਦੋਹਾਂ ਮੁਲਕਾਂ ਦੇ ਵਿੱਚ ਇਹ ਜਿਸ ਤਰੀਕੇ ਦੇ ਨਾਲ ਤਣਾਅ ਵਾਲੀ ਇਹ ਪਰੇਡ ਕੀਤੀ ਜਾਂਦੀ ਹੈ ਇਹ ਰੋਕਣੀ ਚਾਹੀਦੀ ਹੈ ਇਸ ਸਬੰਧ ਵਿੱਚ ਇੱਕ ਮਹਿੰਮ ਛੇੜਨ ਵਾਲੇ ਨੇ ਤੇ ਇਸ ਮਹਿੰਮ ਦੇ ਵਿੱਚ ਅਸੀਂ ਚਾਹਾਂਗੇ ਕਿ ਕਿ ਜਿਹੜੇ ਲੋਕਾਂ ਦੇ ਵਿੱਚ ਜਦੋਂ ਇਹ ਪਰੇਡ ਦੇਖਦੇ ਨੇ ਤਾਂ ਉਹਨਾਂ ਦੇ ਵਿੱਚ ਵੀ ਤਣਾਅ ਪੈ ਜਾ ਹੁੰਦਾ ਹੈ ਤੇ ਇਹਦੇ ਨਾਲ ਵੀ ਇਹ ਜਿਹੜਾ ਹੈ ਕਾਫੀ ਲੋਕਾਂ ਨੂੰ ਕਈ ਤਰ੍ਹਾਂ ਦੇ ਜਿਹੜਾ ਹੈਗਾ ਭਾਰਤੀ ਲੋਕ ਫਿਰ ਪਾਕਿਸਤਾਨ ਨੂੰ ਦੁਸ਼ਮਣ ਸਮਝਣ ਲੱਗ ਜਾਂਦੇ ਨੇ ਪਾਕਿਸਤਾਨੀ ਲੋਕ ਭਾਰਤ ਨੂੰ ਦੁਸ਼ਮਣ ਸਮਝਣ ਲੱਗ ਪੈਂਦੇ ਨੇ ਅਸਲ ਦੇ ਵਿੱਚ ਇਹ ਰਾਜਨੀਤੀ ਦਾ ਟਕਰਾਅ ਹੈ ਰਾਜਨੀਤੀ ਦੇ ਕਾਰਨ ਦੋਨੇ ਮੁਲਕ ਇੱਕ ਦੂਜੇ ਦੇ ਖਿਲਾਫ ਹੋ ਜਾਂਦੇ ਨੇ ਪਰ ਜਿਹੜੇ ਆਮ ਲੋਕ ਨੇ ਤੁਹਾਨੂੰ ਪਤਾ ਹੀ ਹੈ ਉਹ ਇੱਕ ਦੂਜੇ ਦੇ ਦੁਸ਼ਮਣ ਨਹੀਂ ਹੈਗੇ ਜਦੋਂ ਪੰਜਾਬੀ ਪੰਜਾਬੀਆਂ ਨੂੰ ਮਿਲਦੇ ਨੇ ਲੈਂਦੇ ਪੰਜਾਬ ਦੇ ਪੰਜਾਬੀ ਉਥੇ ਬਾਹਰਲੇ ਮੁਲਕਾਂ ਦੇ ਵਿੱਚ ਇੱਕ ਦੂਜੇ ਨੂੰ ਮਿਲਦੇ ਨੇ ਜਿਦਾ ਸਾਡੇ ਪੰਜਾਬੀ جانتے ਨੇ ਤੇ ਇਸ ਸਬੰਧ ਵਿੱਚ ਕਈ ਫਿਲਮਾਂ ਵੀ ਬਣ ਚੁੱਕੀਆਂ ਨੇ ਪੰਜਾਬ ਦੇ ਲੋਕ ਅਕਸਰ ਉਹ ਦੇਖਦੇ ਨੇ ਜਿਹਦੇ ਵਿੱਚ ਪਾਕਿਸਤਾਨੀ ਕਲਾਕਾਰ ਵੀ ਕੰਮ ਕਰਦੇ ਨੇ ਤੇ ਪੰਜਾਬ ਦੇ ਕਲਾਕਾਰ ਵੀ ਕੰਮ ਕਰਦੇ ਨੇ ਤੇ ਇਸ ਉਥੋਂ ਇਹ ਨਜ਼ਰ ਆਉਂਦਾ ਕਿ ਇਹ ਟਕਰਾਅ ਨਹੀਂ ਹੈ ਤੇ ਇਹ ਜਿਹੜੀ ਰੀਟ੍ਰੀਟ ਸੈਰੇਮਨੀ ਹੈ ਇਸ ਦੇ ਵਿੱਚ ਅਕਸਰ ਹੀ ਟਕਰਾਅ ਨਜ਼ਰ ਆਉਂਦਾ ਹੈ ਤੇ ਲੋਕਾਂ ਦੇ ਮਨਾਂ ਵਿੱਚ ਨਫ਼ਰਤ ਪੈਦਾ ਹੁੰਦੀ ਹੈ ਅਗਲੀ ਇੱਕ ਹੋਰ ਖਬਰ ਇਹ ਹੈ ਕਿ ਚੰਡੀਗੜ੍ਹ ਪੀਜੀਆਈ ਨੇ 200 ਬੱਚਿਆਂ ਦੇ ਉੱਤੇ ਅਧਿਐਨ ਕੀਤਾ ਹੈ। ਉਹਦੇ ਵਿੱਚ ਇਹ ਦੇਖਿਆ ਕਿ ਜਿਹੜੇ ਭਾਰਤ ਦੇ ਵਿੱਚ ਮਨੋਰੋਗ ਤੋਂ ਜਿਹੜੇ ਪੀੜਤ ਮਾਪੇ ਹੁੰਦੇ ਨੇ ਉਹਨਾਂ ਦੇ ਜਿਹੜੇ ਬੱਚੇ ਹੁੰਦੇ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਵਸਦੇ ਲੋਕ ਨੇ ਉਹਨਾਂ ਨਾਲੋਂ ਜ਼ਿਆਦਾ ਮਜ਼ਬੂਤ ਹੁੰਦੇ ਨੇ ਜਿਹੜਾ ਹੈਗਾ ਉਹਦਾ ਕਾਰਨ ਇਹੀ ਹੈ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਮਨੋਰੋਗ ਨਾਲ ਪੇੜ ਸਮਾਪੇ ਹੁੰਦੇ ਨੇ ਉਹਨਾਂ ਦੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦੇ ਨਾਲ ਹਮਦਰਦੀ ਕਰਨ ਵਾਸਤੇ ਉਹਨਾਂ ਨਾਲ ਪਿਆਰ ਕਰਨ ਵਾਸਤੇ ਦਾਦਾ ਦਾਦੀ ਮੌਜੂਦ ਨਹੀਂ ਹੁੰਦੇ ਹਜੇ ਚਾਚਾ ਚਾਚੀ ਮੌਜੂਦ ਨਹੀਂ ਹੁੰਦੇ ਹਜੇ ਪਰ ਜਿਹੜੇ ਭਾਰਤ ਦੇ ਵਿੱਚ ਹੁੰਦੇ ਨੇ ਇਹਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਨੇ ਉਹ ਇੱਕ ਦੂਜੇ ਦਾ ਸਹਾਰਾ ਬਣਦੇ ਨੇ ਤੇ ਉਹ ਬੱਚਾ ਨੂੰ ਜਦੋਂ ਪਿਆਰ ਦਿੰਦੇ ਨੇ ਤੇ ਉਹ ਮਾਨਸਿਕ ਤੌਰ ਤੇ ਬੁਢੇਸ਼ੀ ਬੱਚਿਆਂ ਨਾਲੋਂ ਜ਼ਿਆਦਾ ਮਜ਼ਬੂਤ ਨਜ਼ਰ ਆਉਂਦੇ ਨੇ ਤੇ ਇਸ ਖਬਰ ਦੇ ਨਾਲ ਜਿਹੜੀ ਹੈਗੀ ਆ ਹੁਣ ਤੱਕ ਦੀਆਂ ਜਿਹੜੀ ਪ੍ਰਮੁੱਖ ਖਬਰਾਂ ਸੀਗੀਆਂ ਉਹਦੇ ਤੇ ਆਪਾਂ ਜਾਣਕਾਰੀ ਆਪ ਨੂੰ ਦਿੱਤੀ ਹੈ ਟਿੱਪਣੀ ਵੀ ਕੀਤੀ ਹੈ ਜਿਹੜਾ ਉਹਨਾਂ ਦਾ ਵਿਸ਼ਲੇਸ਼ਣ ਵੀ ਕੀਤਾ ਹੈ ਤੇ ਕੱਲ ਨੂੰ ਹੋਰ ਖਬਰਾਂ ਦੇ ਨਾਲ ਫਿਰ ਆਪਦੇ ਰੂਬਰੂ ਹੋਵਾਂਗੇ ਉਦੋਂ ਤੱਕ ਮਿਲੂ ਤੇ ਆਗਿਆ ਸਤਿ ਸ੍ਰੀ ਅਕਾਲ ਖਬਰਾਂ ਦੇ ਨਜ਼ਰ Mom, oh, oh.